ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। ਚਾਰ ਜਾਣੇ 150 4000 9000। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਆ ਜਾਓ ਪਹਿਲਾਂ ਲਾਈਵ ਆ ਜਾਓ ਬਾਈ। ਅਸੀਂ ਸਾਰੇ ਭਰਾ ਇਕੱਠੇ ਹੋਏ ਸੀ ਕੱਲ੍ਹ ਬਾਰੇ ਕੁਛ ਇਨਫੋਰਮੇਸ਼ਨ ਸਾਂਝੀ ਕਰਨੀ ਤੁਹਾਡੇ ਸਾਰੇ ਭਰਾਵਾਂ ਨਾਲ। ਅਤੇ 24000 26000 27000 ਆਜੋ ਬਾਈ ਆਜੋ ਜੀ। ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਅੰਮ੍ਰਿਤ ਬਾਈ ਵੀ ਆ ਗਿਆ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਠੀਕ ਠਾਕ, ਬਹੁਤ ਵਧੀਆ ਬਾਈ। ਸਾਡਾ ਭਰਾ ਅੰਮ੍ਰਿਤ ਮਾਨ, ਬਾਈ ਆਰਨੇਟ। ਸਤਿ ਸ਼੍ਰੀ ਅਕਾਲ ਜੀ ਬਾਈ। ਸਤਿ ਸ਼੍ਰੀ ਅਕਾਲ ਅੰਮ੍ਰਿਤ ਬਾਈ। ਬਾਨਾ ਸਿੱਧੂ ਜੀ, ਕੀ ਹਾਲ ਚਾਲ ਜੀ? ਹੋਰ ਵਾਲਾ ਮਾਨ ਜੀ, ਬਾਕੀ ਜਿੰਨੇ ਵੀ ਸਾਡੇ ਭਰਾ, ਮੈਂ ਤੁਹਾਨੂੰ ਸਾਰਿਆਂ ਨੂੰ ਮਿਲਾਉਣਾ ਜਿੰਨੇ ਵੀ ਅੱਜ ਅਸੀਂ ਸਾਰੇ ਇਕੱਠੇ ਹੋਏ ਹੋਏ ਹਾਂ। ਅਮਨ ਜਲੂਰੀਆ ਸਾਰੇ ਜਿੰਨੇ ਵੀ ਮੇਰੇ ਵੀਰ ਸਾਡੇ ਪਿੰਡੋਂ ਨੇੜੇ ਤੇੜੇ ਜਿਹੜੇ ਵੀ ਆਸੇ ਪਾਸੇ ਪਿੰਡਾਂ ਤੋਂ ਮੁੰਡੇ ਆਏ ਹੋਏ ਨੇ ਸਾਰੇ, ਹਨਾ। ਨਾਮ ਲੈ ਕੇ ਸਾਰਾ ਕੁਛ ਬਾਈ ਤੁਸੀਂ ਪਹੁੰਚੋ ਕੱਲ ਨੂੰ। ਤੇ ਜਿੰਨੇ ਵੀ 47000 ਬੰਦਾ ਸਾਨੂੰ ਦੇਖ ਰਿਹਾ ਜੀ, ਤੇ ਤੁਹਾਨੂੰ ਸਾਡੇ ਸਾਰੇ ਭਰਾਵਾਂ ਮੰਨਿਓ ਜਿਹੜੇ ਅਸੀਂ ਇਕੱਠੇ ਬੈਠ ਜੁੜਦੇ ਹਾਂ, ਸਾਡੇ ਚਾਰ ਵਾਕ ਹੈ, ਅਸੀਂ ਮਾਨ ਸਾਹਿਬ ਠੰਡੇਰੀ ਨੂੰ ਬਿਲੋਂਗ ਕਰਦੇ ਹਾਂ ਸਾਰੇ ਜਾਣੇ। ਤੇ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਕਿਸਾਨੀ ਦਾ ਜਿਹਨਾਂ ਦੇ ਅੰਦਰ ਦਰਦ ਹੈ, ਛੋਟੇ ਬਿਜ਼ਨਸਮੈਨਾਂ ਦਾ ਦਰਦ ਹੈ ਜਿਹਨਾਂ ਅੰਦਰ, ਸਾਰੇ ਜਾਣੇ ਮੇਰਾ ਵੀਰ ਕੱਲ੍ਹ ਨੂੰ 25 ਤਰੀਕ ਨੂੰ ਸਰਸਾ ਕੈਂਚੀਆ ਮਾਨਸਾ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪਣਾ ਰੋਸ ਮਾਰਚ ਰਹੂਗਾ ਜੀ, ਠੀਕ ਹੈ। ਤੇ ਸਾਰੇ ਜਾਣੇ ਕੋਸ਼ਿਸ਼ ਕਰਿਓ, ਠੀਕ ਹੈ ਨਾ, ਵੀ ਉੱਥੇ ਪਹੁੰਚਿਓ, ਕਿਉਂਕਿ ਆਪਾਂ ਜਿੰਨੇ ਵੀ ਹਾਲ ਦੀ ਘੜੀ ਜਿੰਨੇ ਭਰਾ ਬੈਠੇ ਹਾਂ ਸਾਰੇ ਆਪਾਂ 25 ਤੋਂ ਲੈ ਕੇ 30 ਦੇ ਵਿੱਚ ਵਾਲੀ ਉਮਰ ਆਪਣੇ ਸਾਰਿਆਂ ਦੀ, ਅਤੇ ਆਪਾਂ ਯੂਥ ਹਾਂ, ਅਤੇ ਜਿੰਨਾ ਵੀ ਆਪਾਂ ਨੂੰ ਸੁਣਨ ਵਾਲਾ ਉਹ ਵੀ ਯੂਥ ਆ ਗਏ, ਅਤੇ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਸਾਰੇ ਜਾਣੇ ਉੱਥੇ ਪਹੁੰਚੋ। ਅਤੇ ਇੱਕ ਦੋ ਛੋਟੀਆਂ ਛੋਟੀਆਂ ਬੇਨਤੀਆਂ ਹੋਰ ਸੀ ਵੀ ਕੱਲ੍ਹ ਨੂੰ ਵੀ ਬਹੁਤ ਲੋਕਾਂ ਨੇ ਦੂਰੋਂ ਦੂਰੋਂ ਆਉਣਾ, ਹੈ ਨਾ, ਮੈਨੂੰ ਲੱਗਦਾ ਹੈਗਾ ਸਾਰੇ ਆਲਮੋਸਟ ਸਾਰਾ ਪੰਜਾਬ ਬੰਦ ਹੈ, ਅਤੇ ਵੀ ਕੋਸ਼ਿਸ਼ ਇਹ ਕਰੋ ਜਿਹਨਾਂ ਨੇ ਦੂਰੋਂ ਦਰਾਡੇ ਆਉਣਾ ਜਾਂ ਤਾਂ ਉਹ ਅੱਜ ਹੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਿਸਟਮ ਕਰਕੇ ਨੇੜੇ ਤੇੜੇ ਆ ਜਾਓ, ਜਾਂ ਫਿਰ ਤੜਕੇ ਸੁਨੇਹਾ ਤੁਸੀਂ ਪਹੁੰਚੋ। ਅਸਲ ਦੇ ਵਿੱਚ ਪ੍ਰੋਗਰਾਮ ਤਾਂ ਅਸੀਂ ਯਾਨੀ ਕਿ 10 ਵਜੇ ਜਿੰਨਾ ਵੀ ਆਪਣੇ ਵੀਰ ਭਰਾ, ਜਿੰਨੀ ਖਲਕਤ, ਜਿੰਨਾ ਵੀ ਸਾਨੂੰ ਚਾਹੁਣ ਵਾਲੇ ਨੇ, ਜਿੰਨੇ ਵੀ ਕਿਸਾਨ ਵੀਰ ਭੈਣ ਭਰਾ ਹੋਣਗੇ ਸਾਡੇ, ਉਹ ਸੁਨੇਹੀ ਪਹੁੰਚ ਜਾਣਗੇ, ਠੀਕ ਹੈ ਨਾ। ਅਤੇ ਜਿਹੜੇ ਉਹ ਸਵੇਰੇ ਵੀ ਪਹੁੰਚਣਗੇ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਵੀ ਤੁਸੀਂ ਕੋਈ ਭਗਦੜ ਨਹੀਂ ਕਰਨੀ, ਕੋਈ ਕੁਛ ਨਹੀਂ ਕਰਨਾ, ਆਰਾਮ ਨਾਲ ਬੈਠ ਕੇ ਵੇਟ ਕਰਦੇ ਹਾਂ ਸਾਡੇ ਕੁਛ ਨਾ ਕੁਛ ਉੱਥੇ ਬੰਦੇ ਪ੍ਰਬੰਧਕ ਹੀ ਹੋਣਗੇ ਜਿਹੜੇ ਉੱਥੇ ਪ੍ਰਬੰਧ ਕਰ ਰਹੇ ਹੋਣਗੇ, ਤੁਸੀਂ ਜਾਂ ਤਾਂ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈਣੀ ਹੈ, ਬਾਕੀ 10, 10:30, 11 ਨੇੜੇ ਤੇੜੇ ਸਾਰੇ ਬੰਦੇ, ਮੈਨੂੰ ਲੱਗਦਾ ਸਾਰੇ ਬੰਦੇ ਉੱਥੇ ਪਹੁੰਚ ਹੀ ਜਾਣਗੇ, ਠੀਕ ਹੈ ਨਾ ਜੀ। ਜਿਹੜੇ ਬੰਦੇ ਦੂਰੋਂ ਦੁਰਾਡੇ ਵੀ ਆ ਰਹੇ ਨੇ ਉਹ ਅਨੁਸ਼ਾਸਨ ਬਣਾ ਕੇ ਰੱਖਿਓ ਮੇਰਾ ਵੀਰ, ਠੀਕ ਹੈ ਨਾ। ਅੱਜ ਮੇਰਾ ਸਾਰੇ ਆਪਣੇ ਭਰਾ ਆਏ ਹੋਏ ਸੀ, ਆਰਨੇਤ ਬਾਈ ਆਇਆ ਹੋਇਆ, ਬਾਈ ਕੋਰ ਵਾਲਾ ਮਾਨ ਆਇਆ, ਸਾਰੇ ਜਿੰਨੇ ਵੀ ਆਪਣੇ ਦੋਸਤ ਮਿੱਤਰ ਨੇ ਜਿਹਨਾਂ ਨਾਲ ਸਾਡਾ ਤਵਾਕ ਹੈ, ਜਿਹਨਾਂ ਨਾਲ ਅਸੀਂ ਬੈਠਦੇ ਉੱਠਦੇ ਹਾਂ, ਹੈ ਨਾ, ਜਿੰਨਾ ਸਾਡੀ ਰਿਸਪੋਂਸੀਬਿਲਟੀ ਜ਼ਿਆਦਾ ਹੈ, ਠੀਕ ਹੈ ਨਾ। ਅਤੇ ਉਹ ਅਸੀਂ ਸਾਰੇ ਇਹੀ ਸਲਾਹ ਕਰ ਰਹੇ ਸੀਗੇ ਵੀ ਪਹਿਲੀ ਗੱਲ ਤਾਂ ਇਹ ਵੀ ਆਪਾਂ ਅਨੁਸ਼ਾਸਨ ਨਹੀਂ ਭੰਗ ਕਰਨਾ, ਦੂਜੀ ਗੱਲ ਇਹ ਹੈ ਵੀ ਵੀਰੇ ਪੰਕਚੁਐਲਿਟੀ ਰੱਖਿਓ, ਜਿੰਨੇ ਟਾਈਮ 'ਤੇ ਤੁਹਾਨੂੰ ਕਹਿ ਤਾ ਉਸੇ ਟਾਈਮ 'ਤੇ ਹੀ ਪਹੁੰਚਿਓ, ਠੀਕ ਹੈ ਨਾ ਜੀ। ਇਹ ਇਕੱਲਾ ਸਾਡਾ ਨਹੀਂ ਜਾਂ ਮੇਰਾ ਨਹੀਂ ਜਾਂ ਅੰਮ੍ਰਿਤ ਦਾ ਨਹੀਂ ਜਾਂ ਆਰਨੇਤ ਦਾ ਨਹੀਂ, ਕਿਸੇ ਦਾ ਨਹੀਂ ਹੈਗਾ, ਅਸੀਂ ਸਾਰੇ ਇਹ ਆਪਣੇ ਸਾਰਿਆਂ ਦਾ ਰੋਸ ਮਾਰਚ ਅਤੇ ਆਪਣੇ ਸਾਰਿਆਂ ਦੇ ਹੱਕਾਂ ਦੀ ਗੱਲ ਹੈ, ਠੀਕ ਹੈ ਨਾ। ਤੁਸੀਂ ਟਾਈਮ ਨਾਲ ਪਹੁੰਚੋ ਮੇਰਾ ਵੀਰ, ਹੈ ਨਾ। ਅਤੇ ਜਿਹੜੇ ਜਿਹੜੇ ਵੀ ਸਾਨੂੰ ਪਿਆਰ ਕਰਦੇ, ਜਿਹਨਾਂ ਨੂੰ ਸਾਡਾ ਇੱਕ ਗਾਣਾ ਵੀ ਪਸੰਦ ਹੈ, ਇੱਕ ਗਾਣਾ ਛੱਡੋ ਇੱਕ ਅੱਖਰ ਵੀ ਪਸੰਦ ਹੈ, ਉਹ ਪਲੀਜ਼ ਉਹ ਧਰਨੇ 'ਤੇ ਪਹੁੰਚਣ, ਠੀਕ ਹੈ ਨਾ। ਬਾਕੀ ਮੈਂ ਬਾਈ ਆਰਨੇਤ ਤੋਂ, ਆਰਨੇਤ ਬਾਈ ਨਾਲ ਗੱਲ ਕਰਵਾਉਣਾ ਤੁਹਾਡੀ। ਹਾਂਜੀ ਵੀਰੇ, ਅੰਮ੍ਰਿਤ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਠੀਕ ਹੋ? ਮੇਰੇ ਠੀਕ ਠਾਕ। ਬਾਕੀ ਸਾਰੇ ਜਿੰਨੇ ਵੀ ਲਾਈਵ ਦੇਖ ਰਹੇ ਨੇ ਸਿੱਧੂ ਬਾਈ ਦੇ ਪੇਜ ਤੋਂ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਾਕੀ ਤੁਹਾਡੇ ਨਾਲ ਕਹਿਣ ਲਈ ਕੋਈ ਜ਼ਰੂਰਤ ਨਹੀਂ, ਬਾਈ ਨੇ ਕਹਿ ਤਾ ਸਿੱਧੂ ਬਾਈ ਨੇ, ਕਿਉਂਕਿ ਇੱਕੋ ਹੀ ਗੱਲ ਹੈ। ਸੋ ਸਾਰਿਆਂ ਨੂੰ, ਸਾਡੇ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ, ਜਿਹਨਾਂ ਨੇ ਸਾਨੂੰ ਇੱਥੋਂ ਤੱਕ ਲੈ ਕੇ ਆਉਂਦਾ, ਵੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਵੀ ਸਾਰੇ ਸਾਥ ਦਿਓ,
ਤੇ ਕਿਉਂਕਿ ਕਿਸਾਨੀ ਨੂੰ ਲੈ ਕੇ ਜਿਹੜਾ ਸਿੰਘੀ ਘੁੱਟਣ ਵਾਲਾ ਬਿੱਲ ਹੈ ਪਾਸ ਹੋਇਆ ਵੀ ਆਪਾਂ ਉਸ ਮੁੱਦੇ ਨੂੰ ਲੈ ਕੇ ਆਪਾਂ ਨੇ ਜਿਹੜਾ ਰੋਸ ਮੁਜ਼ਾਹਰਾ ਆਪਾਂ ਕਰਨਾ ਸਾਰੇ ਨੇ ਰਲ ਮਿਲ ਕੇ ਕਿਉਂਕਿ ਕਿਸਾਨ ਦੇ ਸਿਰ ਤੇ ਸਾਰਾ ਸੰਸਾਰ ਚੱਲਦਾ ਇਹ ਇੱਕ ਸਾਰੇ ਸੰਸਾਰ ਦਾ ਇੰਜਣ ਹੈ ਜਿਹੜਾ ਸਾਰੇ ਡੱਬਿਆਂ ਨੂੰ ਖਿੱਚੀ ਫਿਰਦਾ ਸੋ ਸਾਰਿਆਂ ਨੂੰ ਬੇਨਤੀ ਹੈ ਸਾਡਾ ਸਾਥ ਦਿਓ ਭਰਾ ਬਣ ਕੇ ਬਾਕੀ ਸਾਰੇ ਪਿਆਰ ਕਰਨ ਵਾਲੇ ਚਰਨਾਂ ਦੇ ਵਿੱਚ ਇੱਕੋ ਹੀ ਬੇਨਤੀ ਹੈ ਕੱਲ ਨੂੰ ਆਪਾਂ ਨੇ ਅਨੁਸ਼ਾਸਨ ਹੈ ਜਿਹੜਾ ਉਹ ਨਹੀਂ ਭੰਗ ਕਰਨਾ ਵੀ ਉਸ ਹਿਸਾਬ ਨਾਲ ਰਹਿਣਾ ਸਾਰਿਆਂ ਨੇ ਕਿਉਂਕਿ ਤੁਸੀਂ ਪਿਆਰ ਕਰਦੇ ਹੋ ਸਾਨੂੰ ਉਸ ਗੱਲ ਦਾ ਅਸੀਂ ਚੰਗੀ ਤਰ੍ਹਾਂ ਸਾਰੇ ਜਾਣਦੇ ਹਾਂ ਕਿਉਂਕਿ ਤੁਹਾਡੇ ਦਿਲਾਂ ਦੇ ਵਿੱਚ ਸਾਡੇ ਲਈ ਪਿਆਰ ਹੈ ਰਿਸਪੈਕਟ ਫੋਟੋ ਵਾਲੀ ਬੇਨਤੀ ਕਰਦੀ ਸਾਰਿਆਂ ਨੂੰ ਭਰਾਵਾਂ ਹਾਂਜੀ ਹਾਂਜੀ ਵੀਰੇ ਤੇ ਫੋਟੋਆਂ ਦਾ ਵੀ ਕੋਈ ਚੱਕਰ ਹੀ ਨਹੀਂ ਆਪਾਂ ਕਿਉਂਕਿ ਅਸੀਂ ਪਿੰਡਾਂ 'ਚ ਵਿਚਰਦੇ ਹਾਂ ਖੇਤਾਂ 'ਚ ਰਹਿੰਦੇ ਹਾਂ ਜਦੋਂ ਮਰਜ਼ੀ ਕਰਾਓ ਕਿਉਂਕਿ ਫੋਟੋ ਦੇ ਕੱਲ ਦਾ ਵੀਰ ਬਣ ਕੇ ਥੋੜੇ ਫੋਟੋਆਂ ਦਾ ਕਰੇਜ਼ ਕਰਿਓ ਗਰੇਜ ਹੁੰਦਾ ਕਿ ਗਰੇਜ ਹੁੰਦਾ ਅਮਰਤ ਭਾਈ ਮੈਡਮ ਮੈਨੂੰ ਦੱਸੋ ਗਰੇਜ ਕਰਿਓ ਗਰੇਜ 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 ਸਾਰੇ ਪਹੁੰਚੋ ਸਾਰੇ ਤੇ ਫੋਟੋਆਂ ਕੋਈ ਚੱਕਰ ਨਹੀਂ ਆਪਣਾ ਕਿਹੜਾ ਆਪਣੇ ਜਿਹੜੇ ਕਿਸਾਨ ਭਰਾ ਨੇ ਇਹਨਾਂ ਦੇ ਜਿਹੜੇ ਚਿਹਰੇ ਨੇ ਖੁਸ਼ੀਆਂ ਨਾਲ ਖਿੜ ਜਾਣ ਉਸ ਤੋਂ ਬਾਅਦ ਆਪਾਂ ਫੋਟੋਆਂ ਕਰਨ ਤੇ ਆ ਸੋ ਸਾਰੇ ਭਰਾ ਸਾਡਾ ਸਾਥ ਦਿਓ ਵੀਰ ਬਣ ਕੇ ਕਿਉਂਕਿ ਵੀ ਮੇਰਾ ਵੀ ਇਹ ਚੀਜ਼ ਜਿਹੜੀ ਆ ਇਹ ਬਹੁਤ ਹੈ ਅਮਰਤ ਭਾਈ ਮੈਂ ਕਹਿ ਰਿਹਾ ਸੀ ਮੈਂ ਜਿੰਨੇ ਵੀ ਬੰਦੇ ਅਸੀਂ ਇੱਥੇ ਗੱਲ ਕਰ ਰਹੇ ਆ ਸਾਡੇ ਚ ਫੋਟੋ ਭੱਜਣ ਵਾਲਾ ਬੰਦਾ ਹੈ ਹੀ ਨਹੀਂ ਕੋਈ ਹਾਂ ਬਿਲਕੁਲ ਬਿਲਕੁਲ ਅਸੀਂ ਤਾਂ ਆਪ ਬੁਲਾ ਲੈਨੇ ਬਾਈ ਆਜੋ ਫੋਟੋ ਖਿਚਾਈਏ ਸੋ ਸਾਰੇ ਬਿਲਕੁਲ ਬਾਈ ਸਾਡਾ ਸਾਥ ਦਿਓ ਕਿਉਂਕਿ ਐਡੇ ਵੱਡੇ ਸਾਨੂੰ ਰੁਤਬੇ ਦਿੱਤੇ ਆ ਤੁਸੀਂ ਪਿਆਰ ਕਰਨ ਵਾਲੇ ਨੇ ਦਿੱਤੇ ਆ ਸੋ ਸਭ ਤੋਂ ਜਿਹੜੀ ਮੇਨ ਗੱਲ ਆ ਕਿਸਾਨੀ ਦੇ ਸਿਰ ਤੇ ਇੱਕ ਰੇੜੀ ਵਾਲੇ ਤੋਂ ਲੈ ਕੇ ਵੱਡੇ ਬਿਜ਼ਨਸਮੈਨ ਤੱਕ ਸਾਰਿਆਂ ਦੇ ਕੰਮ ਕਾਰ ਆ ਜਿਹੜੇ ਕਿਸਾਨੀ ਦੇ ਸਿਰ ਤੇ ਚੱਲ ਰਹੇ ਆ ਸੋ ਬਾਕੀ ਕੱਲ ਜਿਹੜਾ ਕੱਲ ਮੇਨ ਸਾਰਾ ਰੌਲਾ ਕੱਲ ਜਿਹੜਾ ਆਪਾਂ ਇਕੱਠ ਕਰ ਰਹੇ ਹਾਂ ਨੇਤ ਸਿੱਧੂ ਸਾਰੇ ਵੀਰ ਭਰਾ ਕੂਰਾਲਾ ਭਰਾ ਸਾਰੇ ਇਕੱਠੇ ਆ ਆਪਾਂ ਸੋ ਇਹੀ ਹੈ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਜਿੰਨੇ ਵੀ ਨੌਜਵਾਨ ਇਕੱਠੇ ਹੋਣਗੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਦੇਖੋ ਸ਼ੁਰੂ ਤੋਂ ਜਦੋਂ ਇੱਕ ਸਿਆਣਾ ਬੰਦਾ 10-20 ਮੋਟਰਸਾਈਕਲ ਮੁੰਡੇ ਖੁੰਡਿਆਂ ਦਾ ਦੇਖਦਾ ਤੇ ਉਹਦੇ ਮੂੰਹ ਚੋਂ ਨਿਕਲਦਾ ਵੀ ਮੰਢੀਰ ਤੁਰੀ ਫਿਰਦੀ ਹੈ ਆਪਾਂ ਮੰਢੀਰ ਵਾਲਾ ਟੈਗ ਲਗਾਉਣਾ ਆਪਾਂ ਆਪਣੇ ਤੇ ਇਹ ਟੈਗ ਲਗਾਉਣਾ ਵੀ ਮੁੰਡੇ ਯੰਗ ਹੈ ਤੇ ਭਾਈ ਮੁੰਡੇ ਅਕਲ ਤੋਂ ਕੰਮ ਲੈ ਰਹੇ ਆ ਸਿਆਣਪ ਤੋਂ ਕੰਮ ਲੈ ਰਹੇ ਆ ਸ਼ੂਸ਼ਾ ਨਹੀਂ ਕਰ ਰਹੇ ਕੋਈ ਫੁਕਰੀਬਾਜ਼ੀ ਨਹੀਂ ਕਰ ਰਹੇ ਸਨੈਪਚੈਟਾਂ ਦੀਆਂ ਸਟੋਰੀਆਂ ਪਾਉਣ ਧਰਨੇ ਤੇ ਨਹੀਂ ਆਏ ਉਹ ਜਿਹੜਾ ਕੰਮ ਹੈ ਜਿਹੜਾ ਮਕਸਦ ਹੈ ਜਿਹੜਾ ਇਹ ਕਿਸਾਨ ਵਿਰੋਧੀ ਬਿੱਲ ਨਹੀਂ ਇਹ ਲੋਕ ਵਿਰੋਧੀ ਬਿੱਲ ਹੈ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਲੱਗ ਰਿਹਾ ਘਰੇ ਬੈਠੇ ਨੂੰ ਵੀ ਇਹ ਕਿਸਾਨਾਂ ਦਾ ਹੀ ਰੌਲਾ ਹੈ ਜੀ ਉਹ ਆਪ ਦੇਖਣ ਜੀ ਅਸੀਂ ਕੀ ਕਰੀਏ ਜੀ ਇਹ ਸਾਰਿਆਂ ਤੇ ਹੀ ਅਸਰ ਪੈਣਾ ਇਹ ਇਹਦਾ ਜਿਹੜਾ ਐਂਡ ਰਿਜ਼ਲਟ ਹੈ ਕਿਉਂਕਿ ਅੰਨਦਾਤਾ ਹੈ ਕਿਸਾਨ ਜਦੋਂ ਅੰਨਦਾਤਾ ਹੀ ਭੁੱਖਾ ਮਰੂਗਾ ਤਾਂ ਇਹ ਘਰ ਘਰ ਦੀ ਰੋਟੀ ਤੇ ਅਸਰ ਪੈਣਾ ਤੁਸੀਂ ਇਸ ਚੀਜ਼ ਦਾ ਖਿਆਲ ਰੱਖਿਓ ਕੱਲ ਬਹੁਤ ਸੀਰੀਅਸ ਤੇ ਸੈਂਸਿਟਿਵ ਮੁੱਦਾ ਹੈ ਧਰਨਿਆਂ ਤੇ ਆਪਣੇ ਬਾਪੂਆਂ ਦਾਦਿਆਂ ਦੀਆਂ ਪੱਗਾਂ ਲਈਆਂ ਜਾ ਰਹੀਆਂ ਨੇ ਆਪਾਂ ਉੱਥੇ ਪਹੁੰਚ ਰਹੇ ਹਾਂ ਸਰਕਾਰਾਂ ਨੂੰ ਬੇਨਤੀ ਕਰਨ ਸ਼ਾਂਤਮਈ ਪ੍ਰਦਰਸ਼ਨ ਕਰਨ ਹੱਲਾ ਗੁੱਲਾ ਕੋਈ ਹੋਲੀ ਦੀ ਪਾਰਟੀ ਨਹੀਂ ਕੋਈ ਫਿਲਮ ਦੀ ਪ੍ਰਮੋਸ਼ਨ ਨਹੀਂ ਬਿਲਕੁਲ ਇਹ ਆਪਾਂ ਇਹ ਨੀਗਾ ਕੱਲ ਨੂੰ ਕੋਈ ਆਪਾਂ ਕੋਈ ਆਪਦੀ ਗਾਣੇ ਦੀ ਪ੍ਰਮੋਸ਼ਨ ਕਰਨ ਚੱਲੇ ਹਾਂ ਵੀ ਥੱਲੋਂ ਕੂਕਾ ਲੋਕਾਂ ਤੱਕ ਪਹੁੰਚ ਕੇ ਅਸੀਂ ਵੀ ਆਮ ਜਿਵੇਂ ਸਾਡੇ ਚਾਚੇ ਤਾਏ ਬਜ਼ੁਰਗ ਕਰਨਾ ਅਸੀਂ ਉਹ ਕਰਨ ਆਵਾਂਗੇ ਹਾਂ ਤੁਹਾਡੇ ਵਰਗੇ ਹੀ ਆ ਅਸੀਂ ਤੁਸੀਂ ਸਾਨੂੰ ਬਣਾਇਆ ਤੁਹਾਡੇ ਜਵਾਕਾਂ ਵਰਗੇ ਆ ਆਪਣਾ ਆਪਦੀ ਇੱਕ ਪਰਿਵਾਰ ਆ ਸਾਰਿਆਂ ਦਾ ਪੰਜਾਬ ਇੱਕ ਪਰਿਵਾਰ ਹੈ ਸੋ ਸਾਰੇ ਭਰਾ ਅਸੀਂ ਇਕੱਠੇ ਹੋਏ ਆ ਇਹ ਫੈਸਲਾ ਲਿਆ ਤੁਸੀਂ ਸਾਰੇ ਸਾਥ ਦਿਓਗੇ ਮੈਨੂੰ ਪਤਾ ਅਨੁਸ਼ਾਸਨ ਬਹੁਤ ਜ਼ਰੂਰੀ ਆ ਮੇਰੇ ਵੀਰੇ ਕੱਲ ਕੋਈ ਬੰਦਾ ਇਹ ਨਾ ਕਵੇ ਵੀ ਭਾਈ ਇਕੱਠੇ ਹੋਏ ਸੀ ਜਵਾਕਾਂ ਨੂੰ ਅਕਲ ਨਹੀਂ ਸੀ ਆਹ ਕੀ ਕਰ ਲਿਆ ਬਿਲਕੁਲ ਅਸੀਂ ਜ਼ੋਰ ਲਾ ਰਹੇ ਹਾਂ ਹੁਣ ਤੁਹਾਡੇ ਹੱਥ 'ਚ ਕਿ ਤੁਸੀਂ ਅਨੁਸ਼ਾਸਨ ਕਿਵੇਂ ਡੈਵਲਪ ਕਰਦੇ ਹੋ ਅਸੀਂ 25 ਤਰੀਕ ਨੂੰ ਕੱਲ ਨੂੰ ਸਰਸਾ ਕੈਂਚੀਆਂ ਇਕੱਠੇ ਹੋ ਰਹੇ ਹਾਂ ਸਾਰੇ ਭਰਾ ਤੇ ਕੋਸ਼ਿਸ਼ ਹੈ ਸਾਡੀ ਇੱਕ ਦੋ ਚੀਜ਼ਾਂ ਅਸੀਂ ਹੋਰ ਕਰਨ ਦੀ ਉੱਥੇ ਟਰਾਈ ਕਰ ਰਹੇ ਹਾਂ ਉਹ ਅਸੀਂ ਸ਼ਾਮ ਤੱਕ ਰਿਵੀਲ ਕਰ ਦਾਂਗੇ ਜਿਹੜੀਆਂ ਹੋਰ ਚੀਜ਼ਾਂ ਉੱਥੇ ਹੋਣਗੀਆਂ ਬਾਕੀ ਸਾਰੇ ਭਰਾ ਇਕੱਠੇ ਹੋ ਗਏ ਸਿੱਧੂ ਬਾਈ ਹੋ ਗਿਆ ਕੋਰਾਲਾ ਮਾਨ ਵੀਰ ਭਾਨਾ ਸਿੱਧੂ ਆਪਾਂ ਸਾਰੇ ਭਰਾ ਪਹੁੰਚੇ ਹੋਏ ਆ ਸਾਰੇ ਤਾਮੇ ਜਾਮੇ ਫਿੱਟ ਕੀਤੇ ਹੋਏ ਆ ਸਾਰਾ ਤਾਲ ਮਾਹੌਲ ਬਣਾ ਕੋਰਾਲੇ ਮਾਨ ਬਾਈ ਨੂੰ ਫੜਾਉਣਾ ਫੋਨ ਜੀ ਬਾਈ ਆਪਣੇ ਵੱਲੋਂ ਰਿਕੁਐਸਟ ਕਰੂਗਾ ਸਾਰੇ ਪਿਆਰ ਕਰਨ ਵਾਲੇ ਸਾਰੇ ਪਹੁੰਚੋ ਬਾਕੀ ਘਰ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਲਓ ਜੀ 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 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਦੇਖ ਰਹੇ ਆ ਮੇਰੇ ਵੀਰ ਭਰਾ ਹਨਾ ਸੋ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਬਾਈ ਥੋੜਾ ਜਿਹਾ ਟਾਈਮ ਨਾਲ ਅਨੁਸ਼ਾਸਨ ਚ ਆਇਓ ਹਨਾ ਵੀ ਕੱਲ ਨੂੰ ਲਾਂਭਾ ਨਾ ਜੇ ਤੇ ਵੀ ਉਲੜਬਾਜ਼ੀ ਵਾਲੀ ਗੱਲ ਬਾਈ ਦੱਸੀਏ ਤੁਹਾਨੂੰ ਸੋ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਆ ਦੂਰ ਨੇੜੇ ਦੇ ਪਿੰਡਾਂ ਵਾਲੇ ਜ਼ਰੂਰ ਪਹੁੰਚਿਓ ਹਨਾ ਤੇ ਮਾਨਸਾ ਕੈਂਚੀਆਂ ਤੇ ਬਾਈ ਰਮਦੱਤੇ ਵਾਲੀਆਂ ਕੈਂਚੀਆਂ ਵੀ ਕਿਹਾ ਜਾਂਦਾ ਇਹਨੂੰ ਤਿੰਨ ਚਾਰ ਨਾਮ ਨੇ ਇੱਥੇ ਦਾ ਜਿਹੜਾ ਸਰਸਾ ਕੈਂਚੀ ਪਾਈ ਜੀ ਦੇ ਜਿਆਦਾ ਸਰਸਾ ਕੈਂਚੀ ਮੇਂ ਜੀ ਜਵਾਰ ਕੇ ਜਵਾਰ ਕੇ ਵੀ ਕਹਿੰਦੇ ਤੇ ਸਾਡੇ ਨਾਲ ਹੋਰ ਵੀ ਸਾਡੇ ਭਰਾ ਆ ਰਹੇ ਬਾਈ ਕਲਪਤਰ ਬਿੱਲਾ ਵੀ ਦਾ ਬਾਈ ਦਾ ਵੀ ਫੋਨ ਆਇਆ ਸੀ ਕੱਲ
ਉਹ ਕਹਿੰਦੇ ਅਸੀਂ ਆਉਣਾ ਚਲੋ ਜਿਹਦੀ ਜਿਹਦੀ ਜਿਹੜਾ ਜਿਹੜਾ ਬੰਦਾ ਰਿਸਪੋਂਸੀਬਿਲਿਟੀ ਸਮਝਦਾ ਜੀ ਕੋਈ ਵੀ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਨੇੜੇ ਤੇੜੇ ਕਿਵੇਂ ਵੀ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਹਾਂ ਜੀ ਠੀਕ ਹੈ ਨਾ ਸਾਡਾ ਕਿਸੇ ਨਾਲ ਕੋਈ ਬਿਲਕੁਲ ਦੋਵੇਂ ਹੱਥੀ ਯਾਨੀ ਕਿ ਅਸੀਂ ਹੱਥ ਜੋੜ ਕੇ ਵੈਲਕਮ ਕਰਦੇ ਹਾਂ ਸਾਰਿਆਂ ਨੇ ਜਿਹੜੇ ਵੀ ਬੰਦੇ ਇਸ ਚੀਜ਼ ਦਾ ਹਿੱਸਾ ਬਣ ਰਹੇ ਹੈ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਬਸ ਸਾਡੀ ਯਾਨੀ ਕਿ ਸਾਰੇ ਭਰਾਵਾਂ ਜੀ ਹੁਣ ਬਾਈ ਕੋਰ ਵਾਲੇ ਹੁਣ ਸਾਰੇ ਜਿੰਨੇ ਵੀ ਬੰਦੇ ਸੀਗੇ ਆਪਣੇ ਭਰਾ ਆਏ ਬੈਠੇ ਸੀਗੇ ਅਸੀਂ ਇਹ ਡਿਸਕਸ ਕਰਦੇ ਹਾਂ ਬਸ ਵੀ ਸਾਡੀ ਪ੍ਰੋਬਲਮ ਨਾ ਬਣਾਇਓ ਸਾਡਾ ਸਾਨੂੰ ਹੌਸਲਾ ਅਫਜਾਈ ਕਰਿਓ ਠੀਕ ਹੈ ਨਾ ਉੱਥੇ ਸਾਰੇ ਜਣੇ ਜਿੰਨੇ ਵੀ ਭਰਾ ਆਉਣਗੇ ਅਨੁਸ਼ਾਸਨ ਨਾਲ ਭੰਗ ਕਰਿਓ ਠੀਕ ਹੈ ਕੱਲ ਨੂੰ ਟਾਈਮਿੰਗ ਆਪਣੀ ਬੇਸ਼ਕ 12 ਤੋਂ 3 ਵਜੇ ਦੇ ਦੀ ਹੈ ਪਰ ਟਾਈਮ ਨਾਲ ਤੁਸੀਂ ਆਇਓ ਠੀਕ ਹੈ ਨਾ ਕਿਉਂਕਿ ਕੱਲ ਨੂੰ ਸਾਰਾ ਪੰਜਾਬ ਬੰਦ ਆ ਬਾਈ ਜੇ ਤੁਸੀਂ ਲੇਟ ਤੁਰੋਗੇ ਤਾਂ ਹੋ ਸਕਦਾ ਤੁਸੀਂ ਘਰੇ ਰਾਹਾਂ 'ਚ ਹੀ ਰਹਿ ਜਾਓਗੇ ਹੈ ਨਾ ਸੋ ਟਾਈਮ ਨਾਲ ਤੁਰਿਓ ਵੀਰੇ ਠੀਕ ਹੈ ਆਪਦੇ ਹਿਸਾਬ ਕਿਤਾਬ ਨਾਲ ਵੀ ਕਿੱਧਰ ਦੀ ਤੁਸੀਂ ਆਉਣਾ ਕਿੱਧਰ ਦੀ ਨਹੀਂ ਆਉਣਾ ਹੈ ਉਹ ਹਿਸਾਬ ਕਿਤਾਬ ਤੁਸੀਂ ਆਪ ਦੇਖਣਾ ਠੀਕ ਹੈ ਨਾ ਮੇਰਾ ਭਰਾ ਤੇ ਬਾਕੀ ਅਸੀਂ 12 ਵਜੇ ਦਾ ਪ੍ਰੋਗਰਾਮ ਆਪਣਾ ਹੈ ਨਾ ਅਸੀਂ ਯਾਨੀ ਉਹਦਾ 12 ਤੋਂ 3 ਦੀ ਆਪਣੇ ਕੋਲੇ ਪਰਮਿਸ਼ਨ ਹੈ ਵੀ ਪਰ ਅਸੀਂ ਪਹਿਲੀ ਸਾਰੇ ਜਣੇ ਇਕੱਠੇ ਹੋਣਾ ਸ਼ੁਰੂ ਹੋ ਜਾਾਂਗੇ ਆਪਣੇ ਵੀਰ ਭਰਾਵਾਂ ਚੋਂ ਕੱਲਾ ਮੈਂ ਰਹਿਣਾ ਮੈਂ ਵੀ ਉੱਥੇ ਅਰਲੀ ਸਵੇਰੇ ਪਹੁੰਚੂਗਾ ਕਿਉਂਕਿ ਜੇ ਮੈਂ 2 ਘੰਟੇ ਵੀ ਇਧਰ ਉਧਰ ਹੋ ਗਈ ਗੇਮ ਤਾਂ ਜਾਮ ਚ ਹੀ ਫਸ ਜਾਣਾ ਸਾਰਾ ਕੁਛ ਕਿਉਂਕਿ ਬੰਦਾ ਧਰਨੇ ਲੱਗ ਰਹੇ ਨੇ ਸਾਰੇ ਪੰਜਾਬ ਚ ਸਾਰਿਆਂ ਨੂੰ ਰਿਕੁਐਸਟ ਆ ਕਿ ਟਾਈਮ ਸਿਰ ਘਰੋਂ ਸਰਜਰੇ ਉੱਠ ਕੇ ਸਵੇਰੇ ਜਲਦੀ ਇੱਧਰ ਨੂੰ ਗੱਡੀਆਂ ਖਿੱਚੋ ਸਾਰੇ ਆਓ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਕੋਈ ਸਾਡੇ ਹੋਰ ਭਰਾ ਨੇ ਜਿਹੜੇ ਕੁਛ ਨਿਰਸਿਸਟ ਵੀਰ ਨੇ ਕੁਛ ਯਾਨੀ ਕਿ ਸਾਡੇ ਜਿਹੜੇ ਲਖਾਰੀ ਵਰਗ ਚੋਂ ਆ ਗਏ ਡਿਫਰੈਂਟ ਡਿਫਰੈਂਟ ਪ੍ਰੋਫੈਸ਼ਨਾਂ ਚੋਂ ਬੰਦੇ ਆ ਰਹੇ ਨੇ ਕਈ ਬੰਦੇ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਸਾਡੇ ਨਾਲ ਜੁਆਇਨ ਹੋਏ ਨੇ ਠੀਕ ਹੈ ਨਾ ਕੱਲ ਨੂੰ ਜਿਹੜੇ ਕਿਹੜੇ ਕਿਹੜੇ ਆਪਣੇ ਬੁਲਾਰੇ ਸ਼ੇਰੋਂ ਵਾਲਾ ਮੱਟ ਆ ਰਿਹਾ ਬਾਈ ਨਵਜੋਤ ਕੌਰ ਲੰਬੀ ਆ ਰਹੇ ਨੇ ਜਿਹੜੇ ਚੰਗੇ ਚੰਗੇ ਜਿਹੜੇ ਬੰਦੇ ਇਸ ਚੀਜ਼ ਨੂੰ ਚੰਗਾ ਸਮਝਦੇ ਯਾਨੀ ਕਿ ਸਾਡਾ ਸਾਰਾ ਧਰਮ ਨਾ ਜਾਂ ਕਹਿੰਦੇ ਆਪਾਂ ਵੀ ਆਪਾਂ ਨਾਰਾ ਦਿੱਤਾ ਨੌਜਵਾਨ ਕਿਸਾਨ ਏਕਤਾ ਹਨਾ ਉਹ ਇੱਕ ਰੀਜ਼ਨ ਕਰਕੇ ਦਿੱਤਾ ਕਿਉਂਕਿ ਜਿੰਨੇ ਵੀ ਕੱਲ ਨੂੰ ਜਿੰਨੇ ਵੀ ਇੱਥੇ ਪਹੁੰਚਣਗੇ ਉਹ ਸਾਰੇ ਨੌਜਵਾਨ ਹੋਣਗੇ ਅੱਜ ਮੈਂ ਹੁਣੀ ਇੱਕ ਵੀਡੀਓ ਦੇਖ ਕੇ ਹਟਿਆ 7 ਸਾਲਾਂ ਦਾ ਜਵਾਕ ਬਾਈ ਧਰਨੇ ਦੇ ਪਹੁੰਚਿਆ ਹੋਇਆ ਝੰਡੇ ਲੈ ਕੇ ਪੱਤਰਕਾਰ ਪੁੱਛ ਰਿਹਾ ਕਹਿੰਦੇ ਬਾਈ ਤੂੰ ਕਿਉਂ ਜਾ ਰਿਹਾ ਕਹਿੰਦਾ ਜੀ ਮੇਰੇ ਕੋਲ 2 ਕਿੱਲੇ ਜ਼ਮੀਨ ਦੇ ਆ ਮੈਨੂੰ ਪਤਾ ਉਹ ਵੀ ਖੋਹ ਲੈਣਗੇ ਕਹਿੰਦਾ ਮੈਂ ਤਾਂ ਆਇਆ ਹਨਾ ਤੇ ਜੇ ਬੱਚੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਨੇ ਤਾਂ ਆਪਾਂ ਨੂੰ ਵੀ ਸਮਝਣੀ ਚਾਹੀਦੀ ਹੈ ਮੇਰਾ ਵੀ ਬਿਲਕੁਲ ਬਿਲਕੁਲ ਡਿਸਪਲਿਨ ਰੱਖੋ ਮੇਰਾ ਭਰਾ ਹਾਂਜੀ 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 ਤੇ ਸਾਰੇ ਵੀਰਾਂ ਨੂੰ ਬਾਈ ਹੱਥ ਜੋੜ ਕੇ ਬੇਨਤੀ ਹੈ ਕਿ ਟਾਈਮ ਨਾਲ ਆਇਓ ਹਨਾ ਸੋ ਬਾਕੀ ਵੀ ਤੁਹਾਨੂੰ ਭਾਨਾ ਸਾਹਿਬ ਨਾਲ ਕਰਾਉਂਦੇ ਆ ਗੱਲ ਬਾਕੀ ਤੁਹਾਨੂੰ ਜਿੰਨੀ ਮਾੜੀ ਮੋਟੀ ਸਾਡੇ ਤੋਂ ਇਨਫੋਰਮੇਸ਼ਨ ਰਹਿ ਜਾਂਦੀ ਹੈ ਕਿਉਂ ਅਮਰਤ ਬਾਈ ਬੇਨਤੀ ਹੀ ਕਰਦਾ ਕੱਲ ਨੂੰ ਮਾਨਸਾ ਤੋਂ ਗੂੰਜ ਦਿੱਲੀ ਤੱਕ ਪੈਣੀ ਹੈ ਮਾਨਸਾ ਤੋਂ ਦਿੱਲੀ ਤੱਕ ਹੱਲਣਾ ਕੱਲ ਨੂੰ ਪਤਾ ਲੱਗਣਾ ਵੀ ਨੌਜਵਾਨ ਸਾਰੇ ਪੰਜਾਬ ਦੇ ਇੱਕੋ ਹੀ ਮਸਲੇ ਨੂੰ ਲੈ ਕੇ ਜਿਹੜਾ ਬਿੱਲ ਆਏ ਨੇ ਉਹਨਾਂ ਨੂੰ ਮਸਲੇ ਨੂੰ ਲੈ ਕੇ ਲੜ ਰਹੇ ਨੇ ਸਾਰੇ ਕਲਾਕਾਰ ਤੇ ਕਲਾਕਾਰਾਂ ਮੈਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਯੂਥ ਕਲਾਕਾਰਾਂ ਨਾਲ ਆਪਣੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਜਦੋਂ ਕਲਾਕਾਰ ਇਹ ਚੀਜ਼ ਅੱਗੇ ਆ ਗਏ ਤਾਂ ਯੂਥ ਆਟੋਮੈਟਿਕਲੀ ਅੱਗੇ ਆਜੂਗਾ ਤੇ ਸਾਰਿਆਂ ਨੂੰ ਬੇਨਤੀ ਬਸ ਇਹੀ ਆ ਮਾਨ ਸਾਹਿਬ ਇੱਕ ਤਾਂ ਅਨੁਸ਼ਾਸਨ ਤੇ ਮਾਨ ਸਾਹਿਬ ਦੂਜੀ ਬੇਨਤੀ ਬਾਈ ਜੀ ਇਹ ਹੈ ਕਿ 10 ਵਜੇ ਨੂੰ ਪਹੁੰਚੋ ਕਿਉਂਕਿ 7 ਵਜੇ ਨੂੰ ਸਾਡੀਆਂ ਯੂਨੀਅਨਾਂ ਬੰਦ ਕਰ ਰਹੀਆਂ ਨੇਗੀਆਂ ਸਾਰੇ ਰੋਡ ਬੰਦ ਕਰ ਰਹੀਆਂ ਨੇਗੀਆਂ ਮੈਂ ਖਾਸ ਕਰਕੇ ਮੈਂ ਯੂਨੀਅਨ ਦੇ ਸਾਡਿਆਂ ਨੂੰ ਵੀ ਅਸੀਂ ਬੇਨਤੀ ਕਰੀ ਆ ਵੀ ਸਾਡਾ ਨੌਜਵਾਨਾਂ ਦਾ ਇੱਕ ਇਕੱਠ ਹੈ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ ਦਿਓ ਤੇ ਬਾਕੀ ਤੁਸੀਂ ਰਿਕੁਐਸਟ ਕਰ ਲਿਓ ਸਾਰੇ ਨੌਜਵਾਨਾਂ ਨੂੰ ਮੇਰੀ ਬੇਨਤੀ ਤੁਸੀਂ ਦੱਸ ਦਿਓ ਵੀ ਅਸੀਂ ਸਾਰੇ ਮਾਨਸਾ ਇੱਕੋ ਹੀ ਪਰਪਸ ਇੱਕੋ ਹੀ ਮਕਸਦ ਇੱਕੋ ਹੀ ਲੜਾਈ ਦੇ ਲਈ ਪਹੁੰਚ ਰਹੇ ਹਾਂ ਜਿਹੜੀ ਕਿ ਕਿਸਾਨ ਵਿਰੋਧੀ ਆਪਣੀ ਬਿੱਲ ਆ ਉਹਦੇ ਲਈ ਪਹੁੰਚ ਰਹੇ ਹਾਂ ਤੇ ਬਾਕੀ ਬਾਈ ਜੀ ਤੁਸੀਂ ਸਿਆਣੇ ਹੋ ਬਾਕੀ ਸਾਰੇ ਆਪੋ ਆਪਣੇ ਜਿਹੜੇ ਪਿੰਡਾਂ ਤੋਂ ਨੇੜੇ ਤੇੜਿਆਂ ਤੋਂ ਆਉਣਗੇ ਜਿਵੇਂ ਹੁਣ ਇੱਧਰ ਜੋਗਾ ਰੱਲਾ ਅਗਲੀਆ ਹੋ ਗਿਆ ਉਧਰੋਂ ਸਰੂਗੜ ਵਾਲੀ ਸਾਈਡ ਹੋ ਗਈ ਹਨਾ ਪਰਲੇ ਪਾਸਿਓਂ ਬਲਾਡੇ ਵਾਲੀ ਹੋ ਗਈ ਇੱਧਰੋਂ ਤਲਵੰਡੀ ਵਾਲੀ ਹੋ ਗਈ ਜਿਹੜੇ ਤਲਵੰਡੀ ਵਾਲੇ ਨੇ ਜਿਵੇਂ ਹੁਣ ਸਾਡੇ ਪਿੰਡਾਂ ਦੇ ਪਿੰਡ ਹੈ ਮਾਖਾ ਗਾਗੋਵਾਲ ਅੰਮਤਾਲੀ ਅਗਲੀਆ ਤਲਵੰਡੀ ਇਹ ਬੇਸ਼ੱਕ ਤੁਸੀਂ ਸਾਡੇ ਪਿੰਡ ਹੀ ਆ ਜਾਓ ਕੋਈ ਦਿੱਕਤ ਨਹੀਂ ਇੱਥੋਂ ਤੁਰ ਪਾਂਗੇ ਆਪਾਂ ਠੀਕ ਹੈ ਨਾ ਬਾਕੀ ਜਿੰਨੇ ਵੀ ਮੇਰੇ ਵੀਰ ਭਰਾ ਨੇ ਜਿਨ੍ਹਾਂ ਨੂੰ ਬਿੰਗਵਾਲ ਪੈ ਰਿਹਾ ਤਾਂ ਸਿੱਧਾ ਉੱਥੇ ਪਹੁੰਚਣਾ ਤੁਸੀਂ ਇਹ ਨਹੀਂ ਸੋਚਣਾ ਵੀ ਬਾਈ ਸਿੱਧੂ ਇੱਧਰੋਂ ਆਊ ਜਾਂ ਉੱਧਰੋਂ ਆਊਗਾ ਹਨਾ ਜਾਂ ਮੈਂ ਇੱਧਰੋਂ ਆਊ ਜਾਂ ਬਾਈ ਕੋਈ ਵੀ ਹਨਾ ਤੁਸੀਂ ਯਾਰ ਸਾਰਿਆਂ ਧਰਨਾ ਆਪਾਂ ਇੱਕੋ ਜਿਹੇ ਆ ਠੀਕ ਹੈ ਨਾ ਆਪਾਂ ਕੋਈ ਪ੍ਰਦਰਸ਼ਨ ਦਿਖਾਉਣਾ ਵੀ ਸਾਡੇ ਮਗਰ ਇੰਨਾ ਬੰਦਾ ਜਾਂ ਉਨਾ ਬੰਦਾ ਆਪਾਂ ਫੀਲਿੰਗ ਵਾਲੇ ਬੰਦੇ ਹੀ ਨਹੀਂ ਹੈਗੇ ਹਨਾ ਜਿਹਨੇ ਜਿੱਤੇ ਤੁਹਾਨੂੰ ਤੁਸੀਂ ਬਸ ਸਿੱਧਾ ਆਪਣੀ ਜਗ੍ਹਾ ਤੇ ਪਹੁੰਚੋ ਕੋਈ ਇਹ ਦਿੱਕਤ ਨਹੀਂ ਬਸ ਆਪਾਂ ਨੂੰ ਇਹ ਹੈ ਵੀ ਟਾਈਮ ਤੇ ਜੇ ਆਪਾਂ ਉੱਥੇ ਇਕੱਠੇ ਹੋਵਾਂਗੇ ਤਾਂ ਟਾਈਮ ਤੇ ਸਮਾਗਮ ਸ਼ੁਰੂ ਕਰ ਸਕੀਏ ਹਨਾ ਕੱਲ ਨੂੰ ਤੁਹਾਨੂੰ ਕੋਈ ਮੰਨ ਕੇ ਤੇ ਆਰਟਿਸਟ ਜਾਂ ਸਿੰਗਰ ਨੂੰ ਦੇਖਣਾ ਸਿਰਫ ਔਰ ਸਿਰਫ ਇੱਕ ਤੁਸੀਂ ਸਾਰੇ ਇੱਕੋ ਜਿੱਕੇ ਸਾਰੇ ਇਕੱਠੇ ਥੱਲੇ ਬੈਠਾਂਗੇ ਬਾਈ ਕੁਝ ਚੀਜ਼ਾਂ ਨੂੰ ਲੈ ਕੇ ਨਾ ਅਸੀਂ ਵੀ ਪ੍ਰਬੰਧ ਵੀ ਇਸ ਤਰ੍ਹਾਂ ਰੱਖੇ ਵੀ ਅਸੀਂ ਆਮ ਦਿਖੀਏ ਵੀ ਅਸੀਂ ਆਮ ਬੰਦੇ ਆ ਸਾਰੇ ਅਸੀਂ ਪਹਿਲਾਂ ਵੀ ਬੋਲੀ ਜਾਂਦੇ ਵੀ ਅਸੀਂ ਕਲਾਕਾਰ ਮਗਰੋਂ ਪਹਿਲਾਂ ਕਿਸਾਨ ਆ
ਸੋ ਕੱਲ ਨੂੰ ਤੁਹਾਡੇ ਨਾਲ ਕਰਾਂਗੇ ਸਾਰੇ ਜਿਹਨਾਂ ਕੋਲ ਆਪਾਂ ਆਪਣੇ ਸਾਧਨ ਹੈ ਕਿਸੇ ਕੋਲ ਗੱਡੀ ਹੈ ਜਿਹੜਾ ਦੂਰ ਵਾਲਾ ਗੱਡੀ ਤੇ ਆਜੋ ਬਾਕੀ ਨੇੜੇ ਲਾਗੇ ਪਿੰਡ ਵਾਲੇ ਟਰੈਕਟਰ ਟਰਾਲੀ ਆਪਣੇ ਲੈ ਕੇ ਆਇਓ ਤੁਹਾਡੇ ਉਹਨਾਂ ਟਰੈਕਟਰਾਂ ਦੇ ਕਾਬਲੇ ਚ ਅਸੀਂ ਆਪ ਤੁਰਾਂਗੇ ਆਪਣੇ ਟਰੈਕਟਰ ਬਾਕੀ ਆਪਣੇ ਤੁਹਾਨੂੰ ਮੈਂ ਕਿਹਾ ਸੀਗਾ ਜਿਹੜੇ ਜਿਹੜੇ ਵੱਖ ਵੱਖ ਪਿੰਡਾਂ ਤੋਂ ਆਉਂਗੇ ਬਾਈ ਜੇ ਤੁਸੀਂ ਮੂਸੇ ਤੋਂ ਆਉਂਦੇ ਹੋ ਤਾਂ ਮੂਸੇ ਦਾ ਬੋਰਡ ਲਾ ਕੇ ਆਇਓ ਮੂਹਰੇ ਜੇ ਘੁੰਮਣ ਤੋਂ ਆਉਂਦੇ ਹੋ ਘੁੰਮਣ ਦਾ ਜੇ ਤੱਕ ਅੰਕੇ ਦਰਮੰਡੀ ਦਾ ਯਾਨੀ ਕਿ ਆਪੋ ਆਪਣੇ ਪਿੰਡਾਂ ਦੇ ਮੂਹਰੇ ਬੈਨਰ ਲਾ ਲਓ ਤੁਹਾਨੂੰ ਘੱਟੋ ਘੱਟ ਇਹ ਤਾਂ ਪਤਾ ਲੱਗੇ ਵੀ ਸਾਡੇ ਕਿੰਨੇ ਕੁ ਬੰਦੇ ਨੇ ਜਿਹੜੇ ਸਾਡੇ ਸਾਡੀ ਮੰਨਦੇ ਨੇ ਤੁਹਾਨੂੰ ਇਹ ਪਤਾ ਲੱਗੇ ਹਨਾ ਠੀਕ ਹੈ ਬਾਕੀ ਇਹ ਯਾਨੀ ਕਿ ਨੌਜਵਾਨ ਕਿਸਾਨ ਏਕਤਾ ਵਿੰਗ ਬਣਨ ਦਾ ਮੇਨ ਮੁੱਦਾ ਇਹੀ ਹੈ ਵੀ ਇਹ ਨੌਜਵਾਨਾਂ ਵਾਸਤੇ ਆਇਆ ਠੀਕ ਹੈ ਜਿੰਨੇ ਵੀ ਨੌਜਵਾਨ ਨੇ ਹਨਾ ਜਿਹਨਾਂ ਨੂੰ ਹੁਣ ਤੱਕ ਇਹੀ ਨਕਾਰਿਆ ਗਿਆ ਸੀਗਾ ਕਿਉਂਕਿ ਹੁਣ ਆਪੋ ਆਪਣੇ ਲੈਵਲ ਤੇ ਸਾਰਾ ਕੁਝ ਸਾਰੇ ਕਰੀ ਜਾਂਦੇ ਨੇ ਹਨਾ ਪਰ ਕਿਤੇ ਨਾ ਕਿਤੇ ਇਹ ਚੀਜ਼ ਦਾ ਮੁੱਦਾ ਜ਼ਰੂਰ ਹੁੰਦਾ ਵੀ ਯਾਰ ਇਹ ਨਵੇਂ ਜਿਹੇ ਮੰਡੀਰ ਅਸੀਂ ਮੰਡੀਰ ਨਹੀਂ ਹੈਗੇ ਮੇਨ ਮੁੱਦਾ ਸਾਡੀ ਗੱਲ ਇਹ ਹੈ ਵੀ ਕੋਈ ਸਾਨੂੰ ਇਹ ਅੱਧੀਆਂ ਚੀਜ਼ਾਂ ਦੇ ਵਿੱਚ ਸਾਨੂੰ ਇਸ ਚੀਜ਼ ਕਰਕੇ ਦੂਰ ਕੀਤਾ ਜਾਂਦਾ ਵੀ ਇਹ ਮੰਡੀਰ ਹੈ ਅੱਜ ਤੀਕਰ ਸਭ ਤੋਂ ਵੱਧ ਜਿਹੜੇ ਤਖ਼ਤ ਤੇ ਪਲਟੇ ਨੇ ਨੌਜਵਾਨਾਂ ਨੇ ਪਲਟੇ ਨੇ ਤੁਹਾਨੂੰ ਸਭ ਨੂੰ ਪਤਾ ਵੀ ਜਿਹੜੇ ਸਭ ਤੋਂ ਵੱਧ ਕੋਈ ਵੀ ਤਖ਼ਤ ਆ ਕਿਸੇ ਵੀ ਤਰ੍ਹਾਂ ਦੀ ਕ੍ਰਾਂਤੀ ਲੈਣਾ ਤਾਂ ਨੌਜਵਾਨ ਹੀ ਲਿਆਉਂਦਾ ਜਦੋਂ ਪੰਜਾਬ ਦਾ ਨੌਜਵਾਨ ਉੱਠ ਕੇ ਤੁਰ ਪੈਂਦਾ ਸਮਝ ਲਓ ਦਿੱਲੀ ਹੱਲ ਗਈ ਪਹਿਲਾਂ ਵੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਨੌਜਵਾਨਾਂ ਨੇ ਬਾਹਰ ਭਜਾਇਆ ਭਾਰਤ ਚੋਂ ਪਰ ਜਿਹੜੇ ਜਿਹੜੇ ਬੰਦੇ ਵੀ ਉੱਥੇ ਤੁਸੀਂ ਪਹੁੰਚੀ ਆਉਂਗੇ ਆਰਾਮ ਨਾਲ ਸ਼ਾਂਤੀ ਨਾਲ ਬੈਠ ਜਾਓ ਠੀਕ ਹੈ ਨਾ ਕੋਈ ਆਪਾਂ ਯਾਰ ਤੋਰਾ ਫੇਰਾ ਕਰਦੇ ਹਾਂ ਆਪਾਂ ਪਿਕਨਿਕਾਂ ਬਹੁਤ ਮਨਾ ਰਹੀ ਹਾਂ ਘੁੰਮਣ ਨੂੰ ਚੰਡੀਗੜ੍ਹ ਬਹੁਤ ਹੈ ਪਰ ਆਪਾਂ ਮਾਨਸਾ ਗਏ ਘੁੰਮਣ ਘੁੰਮਾਉਣ ਵਾਲਾ ਕੰਮ ਨੀ ਕਰਨਾ ਮਾਨਸਾ ਆਪਾਂ ਇੱਕ ਹੱਕ ਲਈ ਆਏ ਹਾਂ ਠੀਕ ਹੈ ਆਪਣੇ ਇੱਕ ਪ੍ਰੋਟੈਸਟ ਲਈ ਆਏ ਹਾਂ ਤੇ ਉਹ ਆਪਾਂ ਸ਼ਾਂਤੀ ਪੂਰਵਕ ਉੱਥੇ ਬਹੁਤ ਹੀ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ ਠੀਕ ਹੈ ਬਹੁਤ ਹੀ ਵਧੀਆ ਬੁਲਾਰੇ ਆ ਰਹੇ ਨੇ ਠੀਕ ਹੈ ਸਾਰਿਆਂ ਦੀ ਗੱਲ ਸੁਣਨੀ ਹੈ ਆਪਣਾ ਸਿਰਫ ਇੱਕ ਮਕਸਦ ਹੈ ਆਪਾਂ ਇੱਕ ਯਾਨੀ ਕਿ ਪੰਜਾਬ ਦਾ ਯੂਥ ਹਾਂ ਠੀਕ ਹੈ ਅਸੀਂ ਵੀ ਯੂਥ ਹਾਂ ਅਸੀਂ ਇਹ ਚਾਹੁੰਦੇ ਵੀ ਸਾਡਾ ਮੈਸੇਜ ਦਿੱਲੀ ਤੱਕ ਜਾਵੇ ਠੀਕ ਹੈ ਬਸ ਆਪਾਂ ਉਹ ਤਰੀਕੇ ਨਾਲ ਪਹੁੰਚਾਉਣਾ ਆਪਾਂ ਹੁੱਲੜਬਾਜ਼ੀ ਨਹੀਂ ਕਰਨੀ ਬਸ ਮੁੱਕਦੀ ਗੱਲ ਹੈ ਆਪਾਂ ਮੰਡੀਰ ਨਹੀਂ ਕਹਾਉਣਾ ਕਿਸੇ ਠੀਕ ਹੈ ਕਹਿੰਦਾ ਜਿੰਨੇ ਜਿੰਨੇ ਵੀ ਬੈਠੇ ਆ ਇੱਥੇ ਸਾਰੇ ਮੱਧ ਵਰਗੀ ਪਰਿਵਾਰ ਦੇ ਕੋਈ ਲੈਂਡ ਲੋਡ ਨਹੀਂ ਹੈਗਾ ਸਾਰੇ ਆਪਦੇ ਹੱਕ ਲਈ ਬੈਠੇ ਆ ਹੱਕਾਂ ਲਈ ਲੜ ਰਹੇ ਆ ਜੇ ਆਪਣੇ ਕੋਲੋਂ ਜ਼ਮੀਨ ਬਾਕੀ ਤਾਂ ਆਪਣਾ ਸਾਰਾ ਕੁਛ ਹੀ ਚੱਲ ਜਾਣਾ ਮੇਰਾ ਵੀਰ ਬਾਕੀ ਸਾਰੀਆਂ ਗੱਲਾਂ ਬਾਈ ਹੋਣਾ ਨੇ ਦੱਸਤੀਆਂ ਸਾਰੇ ਜਾਣੇ ਪਹੁੰਚਿਓ ਜਿੰਨੇ ਜਾਣੇ ਪਹੁੰਚ ਸਕਦੇ ਹੋ ਵੱਧ ਤੋਂ ਵੱਧ ਪਹੁੰਚਿਓ ਪਤਾ ਲੱਗ ਜੇ ਸਰਕਾਰਾਂ ਨੂੰ ਮੌਕੇ ਦੀਆਂ ਨੂੰ ਵੀ ਨੌਜਵਾਨ ਵੀ ਆਪਦੀ ਅਣਖ ਪਿੱਛੇ ਜਾਗ ਜਾਂਦੀ ਹੈ ਜਦੋਂ ਅਣਖ ਪਿੱਛੇ ਖੜਦੇ ਆ ਨੌਜਵਾਨ ਇਕੱਲੀ ਮੰਡੀਰ ਦੇ ਇਹ ਟੈਗ ਨੀ ਲੱਗਦੇ ਵੀ ਇਹ ਨਸ਼ੇ ਕਰਦੇ ਆ ਜਾਂ ਕੁਛ ਗਲਤ ਕਰਦੇ ਆ ਜਦੋਂ ਸਾਡੀ ਅਣਖ ਦੇ ਸੱਟ ਲੱਗ ਗਈ ਤਾਂ ਅਸੀਂ ਸਾਰਾ ਕੁਛ ਹੀ ਕਰ ਸਕਦੇ ਹਾਂ ਅਸੀਂ ਤਖ਼ਤ ਤੇ ਬਲਟਾ ਸਕਦੇ ਮਾਨ ਸਾਹਿਬ ਤੁਸੀਂ ਲਾਸਟ ਤੇ ਕੀ ਕਹਿਣਾ ਚਾਹੁੰਦੇ ਬਾਈ ਬਸ ਪਹੁੰਚ ਜਾਂਗੇ ਜਿਹੜਾ ਮੇਰਾ ਵੀ ਰਾਹ ਖਿਆਲ ਰੱਖੀ ਬੈਠਾ ਉਹ ਤੋਂ ਨਹੀਂ ਪਹੁੰਚਿਆ ਜਾਣਾ ਹਾਂ ਇਹ ਸਭ ਕੁਛ ਬਣਦਾ ਅਰਲੀ 4-5 ਵਜੇ ਅਰਲੀ ਸਵੇਰੇ 4-5 ਵਜੇ ਤੁਰੋ ਜਿਹੜੇ ਭਰਾ ਨੇ ਮੇਰੇ ਮੈਂ ਵੀ ਦੂਰੋਂ ਆਉਣਾ ਜਿਹੜੇ ਮੀਰ ਭਰਾ ਨੇ ਦੂਰੋਂ ਆਉਣਾ ਸਵੇਰੇ 4-5 ਵਜੇ ਤੈਨੂੰ ਗੱਡੀ ਖਿੱਚ ਦਿਓ ਮੇਰਾ ਵੀਰ ਤਾਂ ਜਾ ਕੇ ਕਿਤੇ ਲਾਗੇ ਲੱਗੂਗੀ ਉੱਥੋਂ ਤੱਕ ਬਾਈ ਮੈਂ ਤੁਹਾਨੂੰ ਕਹਿਣਾ ਮਤਲਬ ਬਾਈ ਤੁਸੀਂ ਆਪ ਆ ਜਾਓ ਕਿਤੇ ਤੁਸੀਂ ਜਾ ਆਪਣੇ ਬਾਜੂ ਕਰ ਲਓ ਤੁਸੀਂ ਅੱਜ ਆ ਜਾਓ ਉਹ ਮੈਂ ਤਾਂ ਅੱਜ ਹੀ ਆ ਜਾਣਾ ਮੈਂ ਤਾਂ ਅੱਜ ਹੀ ਆ ਰਿਹਾ ਬਾਕੀ ਇਹ ਲੜਾਈ ਕੱਲੀ ਮਾਨਸਾ ਦੇ ਵਿੱਚ ਖਤਮ ਨਹੀਂ ਕਰਦੇ ਅੱਗੇ ਵੀ ਲੜਾਈ ਲੈ ਕੇ ਜਾਵਾਂਗੇ ਕਈਆਂ ਨੂੰ ਇਹ ਆ ਇਹ ਲੜਾਈ ਅੱਗੇ ਵੀ ਜਾਊਗੀ ਜਿੱਥੇ ਤੱਕ ਜਾਣਾ ਪਏ ਸਾਰੇ ਆਰ ਤੇ ਸਾਰੇ ਭਰਾ ਜਾਣਗੇ ਅੱਗੇ ਤੱਕ ਮਾਨਸਾ ਰੱਖਣਾ ਸਾਡਾ ਇਹ ਸੀ ਕਿਉਂਕਿ ਅਸੀਂ ਪਹਿਲਾਂ ਕਈ ਜਥੇਬੰਦੀਆਂ ਨਾਲ ਟਰਾਈ ਕੀਤਾ ਅਮਰਤ ਬਾਈ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਹਨਾ ਉਹ ਯਾਨੀ ਕਿ ਉਹ ਆਪਣਾ ਕੁਛ ਪ੍ਰੋਪੋਗੰਡਾ ਲੈ ਕੇ ਚੱਲਦੇ ਨੇ ਸਾਡਾ ਕੁਛ ਹੋਰ ਆ ਸਾਡਾ ਸਿਰਫ ਇਹ ਹੈ ਵੀ ਅਸੀਂ ਕਿਸਾਨ ਦੇ ਅਸੀਂ ਕਿਤੇ ਸਪੀਚਾਂ ਵਾਸਤੇ ਜਾਂ ਨਾਮ ਲਾਉਣ ਖਾਤਰ ਨਹੀਂ ਨਾਮ ਸਾਡਾ ਪਰਮਾਤਮਾ ਨੇ ਪਹਿਲੀ ਬਹੁਤ ਵਧੀਆ ਦਿੱਤਾ ਹੋਇਆ ਠੀਕ ਆ ਆਪਦੇ ਕਿਤੇ ਸਾਡਾ ਨਾਮ ਬਹੁਤ ਆ ਸਾਨੂੰ ਮਾਈਕ ਤੇ ਸਿੰਪਥੀ ਇਕੱਠੇ ਕਰਨ ਵਾਸਤੇ ਅਸੀਂ ਨਹੀਂ ਜਾਂਦੇ ਕਿਤੇ ਵੀ ਹਨਾ ਅਸੀਂ ਸਿਰਫ ਸਾਡੀ ਰਿਸਪੋਂਸੀਬਿਲਟੀ ਸਾਡੇ ਮਨ ਦੇ ਵਿੱਚ ਦੁੱਖ ਆ ਉਸ ਚੀਜ਼ ਦਾ ਅਸੀਂ ਵੀ 24 ਘੰਟੇ ਟ੍ਰੈਕਟਰ ਲਈ ਫਿਰਦੇ ਰਹਿੰਦੇ ਹਾਂ ਇਸ ਚੀਜ਼ ਦਾ ਦੁੱਖ ਆ ਵੀ ਅਸੀਂ ਓਦਾਂ ਕਿਸਾਨ ਘਾਉਣੇ ਤੇ ਅਸੀਂ ਓਦਾਂ ਪੋਸਟਾਂ ਨਹੀਂ ਪਾਉਣੀਆਂ ਚਾਹੁੰਦੇ ਇਕੱਲੀਆਂ ਤੁਸੀਂ ਸਮਝ ਰਹੇ ਹੋ ਨਾ ਮੇਰੀ ਗੱਲ ਵੀ ਪੋਸਟਾਂ ਪਾ ਕੇ ਵੀ ਜੈ ਜਵਾਨ ਜੈ ਕਿਸਾਨ ਨਹੀਂ ਕਰਨਾ ਚਾਹੁੰਦੇ ਵੀ ਚੱਲ ਠੀਕ ਹੈ ਤਾਂ ਉਦਣ ਵੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਹਾਜ਼ਰ ਸੀ ਪਰ ਸਾਨੂੰ ਨਹੀਂ ਆਉਣ ਦਿੱਤਾ ਗਿਆ ਵੀ ਮਾਹੌਲ ਖਰਾਬ ਹੋ ਜਾਊ ਇਹ ਹੋ ਜੂ ਉਹ ਹੋ ਜੂ ਤਾਂ ਕਰਕੇ ਅਸੀਂ ਕਿਸੇ ਜਥੇਬੰਦੀ ਦਾ ਕਿਸੇ ਪੋਲੀਟਿਕਸ ਦਾ ਹਿੱਸਾ ਨਹੀਂ ਸੀ ਬਣਨਾ ਚਾਹੁੰਦੇ ਤਾਂ ਕਰਕੇ ਅਸੀਂ ਆਪਣਾ ਨਾਰਾ ਬਣਾਇਆ ਠੀਕ ਹੈ ਤੇ ਤੁਹਾਨੂੰ ਕੱਲ ਨੂੰ ਮਾਨਸਾ ਜਿੰਨੇ ਵੀ ਜੋ ਵੀ ਇੱਥੇ ਦੇਖ ਰਹੇ ਹੋਣਗੇ ਕੱਲ ਨੂੰ ਇਤਿਹਾਸ ਦਿਖਾਵਾਂਗੇ ਵੀ ਯੂਥ ਕਿਵੇਂ ਇਕੱਠਾ ਹੁੰਦਾ ਹੈ ਹਨਾ ਤੇ ਬਾਕੀ ਸਾਰਾ ਸਿਰਫ ਇੱਕ ਸਟਾਰਟਿੰਗ ਹੈ
ਜੀ ਸਿਰਫ ਇੱਕ ਸਟਾਰਟਿੰਗ ਹੈ, ਇਹ ਸਿਰਫ ਇੱਕ ਸਟਾਰਟ ਹੋਇਆ, ਸਮਾਂ ਆਉਣ ਨਾਲ ਹੋਰ ਵੀ ਲੋੜਾਂ ਤੇ ਹੋਰ ਵੀ ਚੀਜ਼ਾਂ ਤੇ ਜਿੱਥੇ ਸਾਨੂੰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਦਿਸੂਗਾ, ਜਿੱਥੇ ਜਿੱਥੇ ਵੀ ਸਾਨੂੰ ਲੱਗੂਗਾ ਕਿ ਇਸ ਅਦਾਇਰੇ ਦੇ ਵਿੱਚ ਇਸ ਮਹਿਕਮੇ ਦੇ ਵਿੱਚ ਕੰਮ ਹੋਣ ਦੀ ਲੋੜ ਹੈ ਜਾਂ ਕੰਮ ਕਰਨ ਦੀ ਲੋੜ ਹੈ, ਅਸੀਂ ਫਿਊਚਰ ਦੇ ਵਿੱਚ ਉਹ ਵੀ ਕਰਾਂਗੇ। ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੇ ਆਰਟਿਸਟ ਭਰਾ ਹਾਂ, ਆਰਟਿਸਟ ਬਾਅਦ ਚ ਹਾਂ, ਪਹਿਲਾਂ ਅਸੀਂ ਕਿਸਾਨਾਂ ਦੇ ਜ਼ਿਮੀਦਾਰਾਂ ਦੇ ਜਵਾਕ ਹਾਂ, ਅਸੀਂ ਇੱਕ ਦੂਜੇ ਨਾਲ ਇਕੱਠੇ ਰਹਿੰਦੇ ਹਾਂ, ਯੂਨਿਟੀ ਨਾਲ ਰਹਿੰਦੇ ਹਾਂ। ਇਹ ਯੂਨਿਟੀ ਅਸੀਂ ਜੇ ਪੰਜ ਜਣੇ ਦਿਖਾ ਸਕਦੇ ਹਾਂ ਤਾਂ ਸਾਰੇ ਪੰਜਾਬ ਦੇ ਨੌਜਵਾਨ ਵੀ ਦਿਖਾ ਸਕਦੇ ਆ। ਸੋ ਮੇਰਾ ਵੀਰ ਸਾਰੇ ਇਕੱਠੇ ਰਿਹਾ ਕਰੋ, ਹੱਕਾਂ ਲਈ ਲੜਿਆ ਕਰੋ। ਜਿਹੜੀ ਚੌੜਬਾਜ਼ੀ ਆ, ਹੁੱਲੜਬਾਜ਼ੀ ਆ, ਹਰ ਵਕਤ ਨੀ ਚੰਗੀ ਲੱਗਦੀ, ਹਾਸਾ ਖੇਡਾ ਕਦੇ ਕਦਾਈ ਬਣਿਆ ਜ਼ਰੂਰ ਕਰੋ, ਪਰ ਕੱਲ ਨੀ, 25 ਤਰੀਕ ਨੂੰ ਜਿਹੜਾ ਆਪਣਾ ਮੁੱਦਾ ਬਹੁਤ ਸੀਰੀਅਸ ਆ। ਬਸ ਮੋਟੀਆਂ ਮੋਟੀਆਂ ਗੱਲਾਂ ਕਰਤੀਆਂ, ਹੁਣ ਕੱਲ ਪਹੁੰਚੋ ਸਿੱਧੂ ਵੀਰੇ, ਤੇ ਸਾਰੇ ਮੇਰੇ ਵੀਰ ਵੀਰ ਭਰਾਵਾਂ ਨੂੰ ਫਤਿਹ ਆ, ਤੇ ਬਾਕੀ ਅਪਡੇਟ ਸ਼ਾਮ ਤੱਕ ਕਰਦੇ ਰਵਾਂਗੇ। ਹਾਂ, ਬਾਕੀ ਤੁਹਾਨੂੰ ਜਿਹੜੀ ਵੀ ਕੋਈ ਲੋੜੀਂਦੀ ਇਨਫੋਰਮੇਸ਼ਨ ਹੋਊਗੀ, ਅਸੀਂ ਕੱਲ ਨੂੰ ਸਵੇਰੇ ਵੀ ਤੁਹਾਨੂੰ ਬਸ ਅਪਡੇਟ ਰਹੋ, ਸਾਡੇ ਪੇਜਸ ਵਗੈਰਾ ਦੇਖਦੇ ਰਹੋ। ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਵੇਂ ਹੁਣ ਹੋਰ ਵਾਲੇ ਦੇ ਪੇਜ ਤੋਂ, ਬਾਈ ਆਰਨੇ ਦੇ ਪੇਜ ਤੋਂ, ਸਾਰੇ ਜਿੰਨੇ ਵੀ ਭਰਾ ਹੈਗੇ ਸਾਰਿਆਂ ਦੇ ਪੇਜ ਤੋਂ ਹੀ ਅਸੀਂ ਥੋੜਾ ਬਹੁਤ ਤੁਹਾਨੂੰ ਬਾਇਟਸ ਥਰੂ ਜਾਂ ਇਨਫੋਰਮੇਸ਼ਨ ਤੁਹਾਨੂੰ ਦਿੰਦੇ ਰਵਾਂਗੇ। ਬਾਕੀ ਤਕੜੇ ਰਹੋ ਮੇਰਾ ਵੀਰ, ਹਨਾ, ਇਹ ਕੱਲੀ ਸਾਡਾ ਪ੍ਰੋਗਰਾਮ ਨੇ, ਤੁਹਾਡਾ ਵੀ ਨਾਲ ਹੀ ਹੈ, ਹਨਾ, ਤੇ ਆਪਾਂ ਸਾਰੇ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਤੇ ਕੱਲ ਨੂੰ ਚਰਨਾਟੇ ਪਾਵਾਂਗੇ, ਦੇਖ ਹੀ ਚੱਲਿਓ। ਠੀਕ ਹੈ ਜੀ, ਕੱਲ ਮਿਲਦੇ ਹਾਂ ਜੀ, ਫਿਰ ਆ ਜਾਓ ਸਾਰੇ ਜਣੇ। ਓਕੇ ਜੀ, ਧੰਨਵਾਦ, ਧੰਨਵਾਦ ਵੀਰੇ, ਓਕੇ ਜੀ, ਓਕੇ।